ਹਾਂਜੀ ਭਾਜੀ, ਜਿਹੜਾ ਇਹ ਹਾਦਸਾ ਵਾਪਰਿਆ ਇਹਦੇ ਬਾਰੇ ਕੀ ਕਹੋਗੇ ਸਰ? ਹਾਦਸਾ ਰਾਤ ਕਰੀਬ 1 ਵਜੇ ਦੇ ਲਾਗੇ ਛਾਕੇ ਜੀ। ਇੱਕ ਫਿਰੋਜ਼ਪੁਰ ਸਾਈਡ ਤੋਂ ਆ ਰਿਹਾ ਸੀ ਆਪਣਾ ਸੀਮਿੰਟ ਵਾਲਾ ਟੈਂਕਰ, ਅਤੇ ਸਾਹਮਣੇ ਤੋਂ ਆ ਰਿਹਾ ਸੀ ਟਰੱਕ ਜੀ। ਦੋਵੇਂ ਤੇਜ਼ ਸੀਗੇ ਅਤੇ ਦੋਹਾਂ ਦਾ ਆਪਸ ਵਿੱਚ ਟਕਰਾਅ ਹੋ ਗਿਆ ਅਤੇ ਦੋਵੇਂ ਖੱਬੇ ਪਾਸੇ ਨਹਿਰ 'ਚ ਡਿੱਪਿਆ ਅਤੇ ਇੱਕ ਸੱਜੇ ਪਾਸੇ। ਅਤੇ ਸਰ ਨੁਕਸਾਨ ਕੀ ਹੋਇਆ ਜੀ? ਨੁਕਸਾਨ ਬਚਾ ਜੀ, ਜਾਨੀ ਨੁਕਸਾਨ ਕੋਈ ਨਹੀਂ ਹੋਇਆ, ਗੱਡੀਆਂ ਦਾ ਨੁਕਸਾਨ ਹੈਗਾ ਜੀ। ਅਤੇ ਸਰ ਜਿਹੜਾ ਦੂਸਰਾ ਟਰੱਕ ਹੈ ਉਹ ਦੋਵੇਂ ਟਰੱਕ ਨੇ ਇੱਕ ਨਹਿਰ ਦੇ ਵਿੱਚ ਡਿੱਗਿਆ ਔਰ ਹੁਣ ਸਾਈਡ 'ਤੇ ਕਰਾ ਕੇ ਕਰੇਨਾਂ ਨਾਲ ਇੰਤਜ਼ਾਮ ਕਰਕੇ ਅਤੇ ਟ੍ਰੈਫਿਕ ਚਾਲੂ ਕਰਤੀ ਆ, ਬਾਕੀ ਇਹਨੂੰ ਬਾਅਦ ਵਿੱਚ ਬਾਹਰ ਕਢਾ ਦੇ। ਸਰ ਜਿਹੜਾ ਪੁੱਲ ਵੀ ਇੱਥੇ ਟੁੱਟ ਗਿਆ, ਕੱਲ੍ਹ ਹਾਦਸਾ ਹੋ ਸਕਦਾ ਕੋਈ? ਪੁੱਲ ਦੇ ਉੱਤੇ ਹੋਇਆ, ਉਹ ਕਾਰਪੋਰੇਸ਼ਨ ਨੂੰ ਨੋਟ ਕਰਾਤਾ ਜੀ, ਉਹ ਕਰਨਗੇ ਉਦੋਂ ਬਾਅਦ ਦੇਖਦੇ ਹਾਂ। ਅਤੇ ਸਰ ਟ੍ਰੈਫਿਕ ਕਿਸ ਤਰ੍ਹਾਂ ਜੀ? ਟ੍ਰੈਫਿਕ ਨੂੰ ਟ੍ਰੈਫਿਕ ਬਹੁਤ ਜ਼ਿਆਦਾ, ਟ੍ਰੈਫਿਕ ਨੂੰ ਘਟਾ ਰਹੇ ਹਾਂ ਜੀ। ਠੀਕ ਹੈ, ਟ੍ਰੈਫਿਕ ਟੱਕਰ ਰਹੀ ਆ, ਬਸ ਚੱਲ ਪਿਆ ਕੰਮ।